ਹੁਸ਼ਿਆਰਪੁਰ ਚ ਦਸੂਹਾਂ ਦੇ ਅਧੀਨ ਪੈਂਦੇ ਪਿੰਡ ਗੋਰਸਿਆਂ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਬਿਨਾਂ ਕੱਪੜਿਆਂ ਤੋਂ ਵਿਅਕਤੀ ਗੁਰੂ ਘਰ ਚ ਦਾਖਲ ਹੋ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸ੍ਰੀ ਖੰਡ ਪਾਠ ਦਾ ਭੋਗ ਪੈਣ ਮਗਰੋਂ ਮੁੱਖ ਗ੍ਰੰਥੀ ਪ੍ਰਸ਼ਾਦ ਵੰਡਣ ਦੀ ਸੇਵਾ ਨਿਭਾ ਰਹੇ ਸਨ ਤਾਂ ਅਚਾਨਕ ਬਹੁਤ ਤੇਜ਼ ਰਫ਼ਤਾਰ ਨਾਲ ਇੱਕ ਅਲਫ ਨੰਗਾ ਵਿਅਕਤੀ ਗੁਰੂ ਘਰ ਚ ਦਾਖਲ ਹੋਇਆ ਤੇ ਬੀੜ ਸਾਹਿਬ ਵੱਲ ਉਸ ਨੇ ਛਲਾਂਗ ਮਾਰ ਦਿੱਤੀ ਜੋ ਪਲਟ ਕੇ ਦੂਜੇ ਪਾਸੇ ਜਾ ਡਿੱਗਾ। इस दौरान गुरु घर च मौजूद सिंघां वल्लों उस नूं काबू करके गुरु घर तों बाहर कढ़िया गया ते गुरद्वारा प्रबंधक कमेटी ते पुलिस नूं सूचित किया गया। पिंड वासियां मुताबक उक्त व्यक्ति दीआं हरकतां तों ओह मानसिक रोगी लग रहा है। अपने हिसाब दा जां तां पहलां देख लिया सी कि इहदे संगत किन्नी है। तकरीबन दो एक बाबा जी ते तीन सिंघ होर सी जदकि देग वरताई जा चुकी सी ते बाबा जी बाहर हाथ धोण आए सी। उहने इह समझदा ਇਹ ਫਾਇਦਾ ਉਠਾ ਕੇ ਤਾਬੇ ਤੋਂ ਬਾਬਾ ਜੀ ਸਾਈਡ 'ਤੇ ਹੋਏ ਅਤੇ ਤਕਰੀਬਨ ਇੱਥੋਂ ਉਹ ਉਸ ਬੰਦੇ ਨੇ ਸਪੀਡ ਲਗਾ ਕੇ ਸਿੱਧਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਅਟੈਕ ਕੀਤਾ ਅਤੇ ਗੁਰੂ ਅੱਗੋਂ ਬਿਲਕੁਲ ਤਾਬੇ ਦੇ ਅੱਗੋਂ ਜਾ ਕੇ ਪਿਛਲੇ ਬਾਅਦ ਜਾ ਡਿੱਗਾ। ਉਹ ਤੱਕ ਸਾਰੇ ਬੰਦਿਆਂ ਨੇ ਉਹਨੂੰ ਘੇਰ ਲਿਆ, ਜਾਣੀ ਕਿ ਉਹਨਾਂ ਨੇ ਸਮਾਂ ਦਿੱਤਾ ਕਿ ਉਹਨੂੰ ਕੋਈ ਰੋਕ ਸਕੇ। ਉਹ ਆਪਣੇ ਆਪ ਨੂੰ ਇੱਕ ਪਾਗਲ ਦਾ ਬਿਹੇਵੀਅਰ ਪਾਗਲ ਦਾ ਕਰ ਰਿਹਾ ਸੀ, ਲੇਕਿਨ ਇਹ ਸੋਚੀ ਸਮਝੀ ਸਾਜ਼ਿਸ਼ ਸੀ ਕਿਉਂਕਿ ਅਸੀਂ ਵੇਖਿਆ ਕਿ ਉਹ ਬੰਦਾ ਕਰੀ ਬਿਆਨਬਾਜ਼ੀ ਕਰ ਰਿਹਾ ਕਿ ਮੈਂ ਹਿੰਦੂ ਹਾਂ ਅਤੇ ਅਸੀਂ ਜਦਕਿ ਉਹਨੂੰ ਨੰਗੇ ਹਾਲਤ ਵਿੱਚ ਵੇਖਿਆ, ਨੰਗੇ ਹਾਲਤ ਵਿੱਚ ਹੀ ਉਹ ਇਹਨਾਂ ਨੇ ਅਟੈਕ ਕੀਤਾ ਅਤੇ ਉਹਦੇ ਜੋ ਗੁਪਤ ਅੰਗ ਨੇ ਉਹ ਸੁਨਤ ਕੀਤੀ ਹੋਈ ਸੀ। ਅਸੀਂ ਇਹਦੇ ਵਿੱਚ ਕਿਸੇ ਧਰਮ ਨੂੰ ਜਾਂ ਕਿਸੇ ਨੂੰ ਬਲੇਮ ਨਹੀਂ ਕਰਨਾ ਚਾਹੁੰਦੇ, ਉਹ ਇੱਕ ਪਰਸਨਲ ਬੰਦਾ ਕਿ ਉਹਨੇ ਆਪਣੀ ਜਿਹੜੀ ਗਲਤੀ ਕੀਤੀ ਹੈ ਉਹ ਹੁਣ ਪ੍ਰਸ਼ਾਸਨ ਹੀ ਪਤਾ ਕਰੇਗਾ, ਇਹ ਇਨਕੁਆਇਰੀ ਕਰੇਗਾ ਕਿ ਉਹ ਕਿਸੇ ਸੰਸਥਾ ਨਾਲ ਰਿਲੇਟਿਵ ਹੈ ਜਾਂ ਉਹ ਪਾਗਲ ਹੈ। ਇਹ ਤਾਂ ਹੁਣ ਇੱਕ ਡਾਕਟਰ ਦੀ ਰਿਪੋਰਟ ਤੋਂ ਹੀ ਪਤਾ ਚੱਲੇਗਾ। ਹਾਂਜੀ, ਅਤੇ ਬਾਕੀ ਅਸੀਂ ਸਵੇਰ ਦੇ ਹੀ ਪਹਿਲਾਂ ਪ੍ਰਸ਼ਾਸਨ ਨੂੰ ਜਾ ਕੇ ਇਤਲਾਹ ਕੀਤੀ, ਐੱਫ ਆਈ ਆਰ ਦਰਜ ਕਰਵਾਉਣ ਦੀ ਆਪਣੀ ਦਰਖਾਸਤ ਦਿੱਤੀ ਹੋਈ ਹੈ ਸਾਰਾ ਪੰਚਾਇਤ ਔਰ ਸਾਡੇ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ। ਉਦੋਂ ਹੀ ਅਸੀਂ ਫੋਨ ਲਾਇਆ ਪੁਲਿਸ ਨੂੰ, ਤਕਰੀਬਨ 15-20 ਮਿੰਟਾਂ ਵਿੱਚ ਪੁਲਿਸ ਇੱਥੇ ਆ ਗਈ ਅਤੇ ਉਹਨਾਂ ਨੇ ਉਸ ਸ਼ਖਸ ਨੂੰ ਆਪਣੇ ਅੰਡਰ ਲੈ ਲਿਆ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਫਿਲਹਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਤੇ ਦੋਸ਼ੀ ਖਿਲਾਫ ਧਾਰਾ 295 ਦਾ ਪਰਚਾ ਦਰਜ ਕੀਤਾ ਗਿਆ ਹੈ। ਇਹ ਕਾਰਨ ਇਹ ਵੀ ਕੱਲ੍ਹ ਉੱਥੋਂ ਫੋਨ ਵੀ ਆਇਆ ਸੀਗਾ, ਫਿਰ ਉੱਥੋਂ ਜਿਹੜੀ ਕਮੇਟੀ ਵਾਲੇ ਕਮੇਟੀ ਪ੍ਰਧਾਨ ਗੁਰਦੁਆਰਾ ਕਮੇਟੀ ਪ੍ਰਧਾਨ ਗੁਰ ਸਿੰਘ ਸਰਦਾਰ ਕਰਨੈਲ ਸਿੰਘ ਜੀ, ਹੈੱਡ ਗ੍ਰੰਥੀ ਸਰਦਾਰ ਸੁਖਚੈਨ ਸਿੰਘ ਜੀ, ਇਸ ਤਰ੍ਹਾਂ ਦੇ ਇਹ ਵੀ ਹਾਜ਼ਰ ਆਏ ਸੀਗੇ ਜੀ। ਇਹਨਾਂ ਦੇ ਪਿੰਡ ਵਾਲੇ ਕਮੇਟੀ ਨੇ ਇੱਕ ਐਪਲੀਕੇਸ਼ਨ ਮੂਲ ਕੀਤੀ ਵਿਸਤਰਾ ਕਿ ਜਿਹੜੇ ਬੰਦੇ ਨੂੰ ਮੁੜ ਕੇ ਪਿੰਡ ਵਾਲੇ ਨੇ ਕਾਬੂ ਕਰ ਲਿਆ ਸੀ ਜਦੋਂ ਗੁਰਦੁਆਰਾ ਸਾਹਿਬ ਵਿੱਚ ਇੰਟਰ ਹੋਇਆ, ਅਤੇ ਮੁੜ ਕੇ ਉਹਨੇ ਫੜ ਲਿਆ ਅਤੇ ਅਸੀਂ ਅਨਿਲ ਕੁਮਾਰ ਨੂੰ ਭੇਜ ਗਿਆ, ਮੌਕੇ 'ਤੇ ਭੇਜਿਆ ਗਿਆ, ਆਪ ਵੀ ਗਏ ਜਿਹਨੂੰ ਫੜ ਕਾਬੂ ਕਰਕੇ ਥਾਣੇ ਲਿਆਂਦਾ। ਜਿਹੜਾ ਇੱਕ ਜਿਹਦੇ ਬੰਦੇ ਦੀਆਂ ਪਾਗਲਾਂ ਵਰਗੀਆਂ ਹਰਕਤਾਂ ਸੀ ਅਤੇ ਹੁਣ ਤੱਕ ਵੀ ਪਾਗਲਾਂ ਵਾਲੀਆਂ ਹਰਕਤਾਂ ਕਰ ਰਿਹਾ ਵਾ, ਅਤੇ ਜਿਹਦੇ ਬਾਰੇ ਕੋਈ ਕਲੀਅਰ ਨਹੀਂ ਹੋ ਸਕਿਆ ਕੌਣ ਹੈ, ਅਤੇ ਜਿਹਨੂੰ ਕਾਬੂ ਕਰਕੇ ਉਸਦੇ ਖਿਲਾਫ ਦਰਖਾਸਤ ਦੇ ਆਧਾਰ 'ਤੇ ਮੁਕੱਦਮਾ ਨੰਬਰ 131 ਮਿਤੀ 10/6/2020 ਅੰਡਰ ਸੈਕਸ਼ਨ 295 AIPC ਦਾ ਮੁਕਦਰਜ ਕਰਕੇ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ, ਜੋ ਅੱਜ ਦੋਸ਼ੀ ਦਾ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਪੇਸ਼ ਅਦਾਲਤ ਕੀਤਾ ਜਾਊਗਾ, ਰਿਮਾਂਡ ਹਾਸਲ ਕਰਕੇ ਤਫਤੀਸ਼ ਅਮਲ 'ਚ ਲਿਆ, ਜੋ ਵੀ ਅਗਲੀ ਕਾਰਵਾਈ ਅਮਲ 'ਚ ਜੋ ਵੀ ਤੱਥ ਸਾਹਮਣੇ ਹੋਣਗੇ ਉਹਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਹੁਸ਼ਿਆਰਪੁਰ ਤੋਂ ਮਨਜੀਤ ਸਿੰਘ ਦੀ ਰਿਪੋਰਟ।